ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ, ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ, ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ। ਬੀਤੀ ਰਾਤ ਸ਼ਮਸ਼ਾਨ ਘਾਟ ਨੇੜੇ ਸਤਲੁਜ ਦਰਿਆ 'ਚ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਪਿੰਡ ਹਵੇਲੀ ਦੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਮਾਈਨਿੰਗ ਕਰ ਰਹੇ ਲੋਕਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਮੌਕੇ 'ਤੇ ਪਹੁੰਚ ਹੀ ਪੁਲਿਸ ਨੇ JCB ਰੇਤ ਨਾਲ ਭਰਿਆ ਟਿੱਪਰ ਅਤੇ ਇੱਕ ਸਵਿਫਟ ਕਾਰ ਅਤੇ ਇੱਕ ਟੈਂਪਰੇਰੀ ਨੰਬਰ ਦੀ ਟਾਟਾ ਗੱਡੀ ਨੂੰ ਕਬਜ਼ੇ 'ਚ ਲੈ ਕੇ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਨਜਾਇਜ਼ ਮਾਈਨਿੰਗ ਹੋ ਰਹੀ ਹੈ ਜੀ, ਕਹਿ ਰਹੇ ਆ ਸਾਡਾ ਠੇਕਾ ਹੋਇਆ ਕਿੰਨੇ ਕਰੋੜਾਂ ਦਾ, ਤਾਂ ਰੋਜ਼ ਰਾਤ ਨੂੰ ਹੀ ਲੱਗਦੀਆਂ ਇਹ ਚੋਰੀ ਛੁੱਪੇ, ਰਾਤ ਨੂੰ ਇੱਥੇ ਕੱਢਿਆ ਜਾਂਦਾ ਇੱਥੋਂ, ਤਾਂ ਇਹਦਾ ਅੱਜ ਅਸੀਂ ਦੇਖ ਲਿਆ ਵੀ ਇਹ ਪੁੱਛਿਆ ਇਹਨਾਂ ਤੋਂ ਅਪਰੂਵਲ ਦਿਓ ਭਾਈ ਸਾਨੂੰ, ਜੇ ਤੁਸੀਂ ਕੋਈ ਠੇਕਾ ਚੜ੍ਹਿਆ ਹੈ ਤੁਹਾਡਾ ਤਾਂ ਸਾਨੂੰ ਅਪਰੂਵਲ ਦਿਖਾਓ, ਤਾਂ ਇਹਨਾਂ ਕੋਲ ਕੁਛ ਨਹੀਂ ਆ ਦਿਖਾਉਣ ਵਾਸਤੇ, ਅਤੇ ਨਾਮ ਵਰਤ ਰਹੇ ਆ, ਕਹਿੰਦੇ ਪ੍ਰਸ਼ਾਸਨ ਤੋਂ ਸਾਨੂੰ ਮਤਲਬ ਉਹ ਲਈ ਆ, ਸਾਡਾ ਠੇਕਾ ਹੋ ਗਿਆ ਵਾ, ਅਤੇ ਹੁਣ ਸਾਰੇ ਹੀ ਗਾਇਬ ਹੋ ਗਏ ਜਿਹੜੇ ਕਹਿ ਰਹੇ ਸੀ ਸਾਡਾ ਠੇਕਾ ਹੋ ਗਿਆ ਵਾ, ਆਪਣੀ ਗੱਡੀ ਲੈ ਕੇ ਸਭ ਭੱਜ ਗਏ ਜੀ। ਕਹਿੰਦੇ JK ਵਾਲੇ ਨੇ 52 ਕਰੋੜ ਰੁਪਏ ਦਿੱਤਾ ਜੀ, DC ਸਾਹਿਬ ਦੀ ਪਰਮਿਸ਼ਨ ਆ ਜੀ, ਅਸੀਂ ਕਹਿੰਦੇ ਸਾਨੂੰ ਅਪਰੂਵਲ ਦੇ ਦਿਓ ਜੀ, ਚੱਕ ਲਓ ਜੀ, ਇਹ ਕਹਿੰਦੇ ਸਵੇਰ ਨੂੰ ਦਿਖਾਉਂਗੇ ਜੀ। 10 ਤਰੀਕ ਵਾਲੇ ਅਖਬਾਰ ਦੇ ਵਿੱਚ DC ਸਾਹਿਬ ਨੇ ਦਿੱਤਾ ਵੀ ਕੋਈ ਪੰਜਾਬ ਦੀ ਕੋਈ ਖੱਡ ਦਾ ਉਹ ਨਹੀਂ ਹੋਈ, ਬੋਲੀ ਨਹੀਂ ਹੋਈ ਹੈਗੀ ਅਜੇ ਤੱਕ ਜੀ, ਠੀਕ ਹੈ ਜੀ। ਇਹ ਉਹਨਾਂ ਨੇ ਕਿਹਾ ਜੀ ਪੁਲ ਤੋਂ ਇੱਧਰ ਨਹੀਂ ਚੱਕਣਾ, ਦੋਨੋਂ ਪਾਸੇ ਪੁਲ ਲੱਗ ਰਹੇ ਆ ਜੀ, 3-3 ਕਿਲੋਮੀਟਰ ਇਹ ਫਿਰ ਚੱਕੀ ਜਾ ਰਿਹਾ ਜੀ ਪੁਲ ਦੇ ਵਿੱਚੋਂ ਜੀ, ਜ਼ਮੀਨਾਂ ਜਿਹੜੀ ਜ਼ਮੀਨ ਆ ਜੀ ਮਾਲਕਾਂ ਦੀ ਜ਼ਮੀਨ ਆ ਉਹਦੇ ਵਿੱਚੋਂ ਚੱਕ ਰਹੇ ਜੀ, ਉਹ ਸਾਨੂੰ ਪਰਮਿਸ਼ਨ ਆਰਡਰ ਨਹੀਂ ਹੈਗੇ ਅਸੀਂ ਚੱਕ ਸਕਦੇ ਰੇਤਾ ਜੀ, ਅਸੀਂ ਆਪਣੇ ਪਿੰਡ 'ਚ ਰੇਤਾ ਨਹੀਂ ਚੱਕ ਸਕਦਾ ਜੀ, ਆਪਣੇ ਅਸੀਂ ਮਾਲਕ ਆ ਜੀ ਪਿੰਡ ਦੇ, ਇਸ ਕਰੋੜਦਾਰ ਦੇ ਜੀ, ਅਸੀਂ ਨਹੀਂ ਚੱਕ ਸਕਦੇ ਜੀ। ਸਥਿਤੀ ਇਹ ਹੈ ਕਿ ਜਦੋਂ ਹੀ ਫੋਨ ਆਇਆ, ਐਸ ਮੈਡਮ ਦਾ ਫੋਨ ਆਇਆ, ਅਸੀਂ ਮੌਕੇ 'ਤੇ ਪਹੁੰਚੇ, ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਹੈ, ਇੱਕ ਟਿੱਪਰ ਖੜ੍ਹਾ ਰੋਡ 'ਤੇ ਉਹਨੂੰ ਕਬਜ਼ੇ 'ਚ ਲਿਆ, ਇੱਕ JCB ਮਸ਼ੀਨ ਹੈ ਉਹਨੂੰ ਕਬਜ਼ੇ 'ਚ ਲਿਆ, ਇੱਕ ਗੱਡੀ ਹੈ ਉਹਨੂੰ ਕਬਜ਼ੇ 'ਚ ਲਿਆ, ਅਤੇ ਮੌਕੇ 'ਤੇ ਜਿਹੜੀ ਜ਼ਮੀਨ ਹੈ ਉਹ ਇਰੀਗੇਸ਼ਨ ਡਿਪਾਰਟਮੈਂਟ ਦੀ ਹੈ, ਨਜਾਇਜ਼ ਮਾਈਨਿੰਗ ਇਹਨਾਂ ਨੂੰ ਕੋਈ ਪਰਮਿਸ਼ਨ ਤਾਂ ਦਿੱਤੀ ਨਹੀਂ ਜੀ, ਅਤੇ ਬਾਕੀ ਜੋ ਵੀ ਕਾਰਵਾਈ ਹੋਏਗੀ ਆਪਾਂ ਕਰ ਰਹੇ ਹਾਂ ਜੀ। ਅਤੇ ਗੱਡੀਆਂ ਦੇ ਨਾਲ ਕਿੰਨੇ ਕੁ ਬੰਦੇ ਹੈਗੇ ਜਿਹੜੇ ਇਸ ਟਾਈਮ ਆਪਾਂ ਨੂੰ? ਇਸ ਟਾਈਮ ਬੰਦੇ ਦੋ ਹੈਗੇ। ਕੁੱਲ ਕਿੰਨੇ ਕੁ ਸੀ ਅਤੇ ਜਿਹੜੇ ਬਾਕੀ ਭੱਜ ਗਏ? ਜਿਹੜੇ ਭੱਜ ਗਏ ਉਹਨਾਂ ਦਾ ਬਾਰੇ ਮੈਨੂੰ ਪਤਾ ਨਹੀਂ, ਕਿਉਂਕਿ ਮੌਕੇ 'ਤੇ ਸਪੋਰਟ 'ਤੇ ਜਦ ਮੈਂ ਪਹੁੰਚਿਆ 2 ਬੰਦੇ ਸੀਗੇ, 2 ਬੰਦੇ ਨੂੰ ਮੈਂ ਦੇਖਿਆ, ਹੋਰ ਬੰਦਿਆਂ ਨਾਲ ਮੇਰੀ ਗੱਲ ਨਹੀਂ ਹੋਈ, ਬਾਕੀ ਆਪਾਂ ਹੁਣ ਬੰਦੇ ਬੁਲਾਏ ਮਸ਼ੀਨਾਂ ਲੈ ਕੇ ਥਾਣੇ ਜਾ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਮਸ਼ਾਨ ਘਾਟ ਦੇ ਨੇੜੇ ਸਤਲੁਜ ਦਰਿਆ 'ਚ ਕੁਝ ਲੋਕ ਨਜਾਇਜ਼ ਮਾਈਨਿੰਗ ਕਰ ਰਹੇ ਨੇ ਅਤੇ ਪੁਲਿਸ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਟਿੱਪਰ, ਸਵਿਫਟ ਅਤੇ ਟਾਟਾ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ। ਜੇਕਰ ਸੱਚ ਬੋਲਣਾ, ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।